ਬਿਆਜ ਦਾ ਪਿੰਗਣਾ ਜੀ ਠੀਕ ਹੋ ਜਾਂਦਾ ਜਿਹੜੀ ਖੂਨ ਵਾਲੀ ਹੈ ਅੱਛਾ ਆ ਜਾਨਾ ਡਾਕਟਰ ਦੇ ਜੱਲਣ ਇੱਕ ਦਿਨ ਹਟਾ ਦਿੰਦੇ ਆ ਜੱਲਣ ਇੱਕ ਦਿਨ ਜੇ ਹਟਾ ਦਾਂਗੇ ਉਹ ਤੇਰੇ ਹੁੰਦੀ ਹੋ ਲਾਜ਼ਮੀ ਬਿਆਜ ਵਾਲੇ ਨੂੰ ਜਗਾ ਮਚਣ ਲੱਗेंगे ਲੇਟਣ ਜਾਣ ਤੋਂ ਬਾਅਦ ਹੁੰਦੇ ਨਾ ਅੱਥੇ ਟੋਲੀ ਦੇ ਉਹਨੂੰ ਕੁੱਟ ਦੀ ਜਾ ਕੁੱਟ ਕੇ ਨਾ ਜਿਹਨੂੰ ਪਿਉਂਦੇ ਆ ਰਾਤ ਨੂੰ ਸਾਰੀ ਰਾਤ ਭਿੱਜੇ ਰਹਿੰਦੇ ਆ ਤੜਕੇ ਨੂੰ ਦਵਾਈ ਤਿਆਰ ਹੋ ਜਾਂਦੀ ਆ ਆ ਜਿਓ ਪੱਤਿਆਂ ਤੋਂ ਤਿਆਰ ਹੋਈ ਅੱਛਾ ਦਵਾਈ ਤੇ ਆਏ ਇਹ ਪਮੇਰੀਆਂ ਜਿਹੜੀਆਂ ਆ ਇਹ ਉਹਦੀ ਨਿਸ਼ਾਨੀ ਆ ਜੀ ਇਹ ਮਜਾ ਵਸਦੀ ਆ ਜੀ ਅੱਜ ਨੂੰ ਕੀ ਕਰਨਾ ਥੋੜਾ ਜਿਹਾ ਵੱਧ ਜਿਵੇਂ ਇੱਕ ਵੱਡੀ ਬੋਤਲ ਹੈ ਹਾਂ ਉਹ ਤਿਆਰ ਕਰ ਲੈਣੀ ਹੈ ਉਹ ਤਿਆਰ ਕਰ ਦੋ ਲੀਟਰ ਵਾਲੀ ਹਾਂ 2 ਲੀਟਰ ਵਾਲੀ ਅੱਛਾ ਪੰਜ ਕਿਹੜਾ ਦੇ ਦੇ ਦੋਨੋਂ ਗਰਮਾ ਕੇ ਚੱਕ ਦਿਓ ਤੁਸੀਂ ਸਾਰੀ ਇਹ ਬਾਪੂ ਫਿਰ ਮਿਲਦੀ ਕਿੱਥੇ ਆਏ ਬੂਟੀ ਇਹ ਮਿਲਦੀ ਆਪਣੇ ਪੰਜਾਬ ਵਿੱਚ ਬਾਦੂ ਖੜੀ ਹੈ ਇੱਥੇ ਅੱਛਾ ਆਪਣਾ ਨੇੜੇ ਜਿਹੜੇ ਦਾ ਬੋਲੇ ਜਿਆਦੇ ਖੜੀਆ ਛੜਕਾ ਛੁੜਕਾ ਆ ਬਟੰਡੇ ਦੇ ਰਗੇ ਚ ਬਹੁਤ ਆ ਆ ਵਾਧੂ ਜਾਈ ਬਾਬੂ ਬਰਾ ਇਡੀ ਮਹਿੰਗਾਈ ਆ 200 ਰੁਪਏ ਦਾ ਬਾਂਦਾ ਕੋ ਹਣੀ ਮੈਂ ਕਹਣਾ ਰੇਟ ਰੂਟਰ ਵਧਾ ਗਏ ਨਾ ਬਾ ਥੋੜਾ ਮੋਟਾ ਰੇਟ ਨਹੀਂ ਕਰਣਾ ਨਾ ਹਾਂ ਨਾ ਨਾ ਉਹ ਤਾਂ ਫੇਰ ਲਾਲ ਹੋ ਜੂਗਾ ਜੀ ਲਾਲ ਦਾ ਕਰਨਾ ਨਹੀਂ ਆਪਾਂ ਤਾਂ ਇਹ ਬਾਬਾ ਸਿੰਘ ਦੀ ਬਿਮਾਰੀ ਹੁੰਦੀ ਕਿਉਂ ਸੱਚ ਇਹ ਤਾਂ ਪੁੱਛ ਲਵਾਂ ਇਹ ਹੁੰਦੀ ਦਾ ਕਰਕੇ ਜੀ ਸਰੀਰ ਕੇ ਕਰਮਾਸ਼ਣ ਆ ਨਹੀਂ ਹੋਣਾ ਆਪਣਾ ਅਨਾਜ ਬੜਾ ਮੜਾ ਹੋ ਗਿਆ ਜੀ ਅਨਾਜ ਦੇ ਕੰਨ ਘਰੇ ਕੰਡੇ ਵੀ ਜਗੇ ਜਿਹੜਾ ਮੌਕਾ ਹੁੰਦਾ ਇਹਦੇ ਚ ਬਲਟਰੀ ਆਉਣਾ ਹੁੰਦਾ ਇਹਦੇ ਤੋਂ ਤੇ ਬਿਆਈ ਚ ਆਉਗਾ ਕਰੇ ਬਸ ਖੂਨ ਇੱਕ ਹੋਰ ਹੁੰਦੀ ਐ ਉਹਨੂੰ ਜਲਣ ਕਹਿੰਦੇ ਐ ਉਹ ਤੇਰੇ ਹੁੰਦੀ ਹੋ ਲਾਜ਼ਮੀ ਬਿਆਈ ਵਾਲੇ ਨੂੰ ਜਗਾ ਮੱchn ਲੱਗ ਜਾਂਦੇ ਐ ਲੈਟਰਨ ਜਾਣ ਤੋਂ ਬਾਅਦ ਹੁੰਦੇ ਨਾ ਹਾਂ ਇਹ ਦੀ ਇਹ ਇਹ ਕਿਹਦੇ ਚ ਹੁੰਦੀ ਐ ਭਗੰਦਰ ਉਹ ਪਾਈਪ ਲਾਈਨ ਦੇ ਅੰਦਰ ਹੁੰਦੀ ਐ ਜਿਹਨਾਂ 6-7 ਉਂਗਲਾਂ ਇਲੈਕਟਰਨ ਵਾਲੀ ਪਾਈਪ ਲੈਣਾ ਉਹਦੇ ਅੰਦਰ ਜਾ ਕੇ ਹੁੰਦੀ ਐ ਭਗੰਦਰ ਉਹਨੂੰ ਭਗੰਦਰ ਕਹਿੰਦੇ ਐ ਉਹ ਉਹਦੇ ਹੋ ਸਕਦਾ ਮੌਕਾ ਹੋਵੇ ਪਚਾਏ ਬਿਆਈ ਹੋਵੇ ਹਾਂ ਉਹਨੂੰ ਥੋੜਾ ਸਮਾਂ ਲੱਗਦਾ ਠੀਕ ਹੋ ਨਾ ਇਹ ਜਲਦੀ ਠੀਕ ਹੋ ਜਾਂਦੀ ਹੈ ਬੇਈ ਤਾਂ ਪੈਂਦਣਾ ਜੀ ਠੀਕ ਹੋ ਜਾਂਦੀ ਜਿਹੜੀ ਖੂਨ ਵਾਲੀ ਹੈ ਅੱਛਾ ਅੱਛਾ ਹਾਂ ਡਾਕਟਰ ਦੇ ਰੂਪ ਜਰਣ ਇੱਕ ਦਿਨ ਹੀ ਹਟਾ ਦਿੰਦੇ ਆ ਜੱਲਣ ਇੱਕ ਦਿਨ ਹੀ ਹਟਾ ਦਾਂਗੇ ਠੀਕ ਹੈ ਜੀ ਇੱਕ ਦਿਨ ਚ ਉਹਦੇ ਟਿਊਬ ਲਾਉਣੀ ਆ ਬੈਟਣਾ ਫਿਰ ਸੀ ਮੈਂ ਤੰਦਰੁਸਤ ਹਾਂ ਹਾਂ 10 ਦਿਨ ਲਈ ਕੱਲ ਮੁੜ ਕੇ ਜਮ ਕੈਮਰੇ ਆ ਮਾ ਤਾਂ ਬੜਾ ਤੰਗ ਆ ਜੀ ਬੜਾ ਮੈਂ ਕਹਾਂ ਜਮ ਕਿਹੜਾ ਤੰਗ ਜਮ ਤੈਨੂੰ ਖੁਸ਼ ਕਰ ਦੋ ਨਈ ਬਾਪੂ ਫਿਰ ਮਾਲਾ ਵੀ ਇਹ ਕੜੇ ਕੜਿਆ ਨਾ ਠੀਕ ਹੋ ਜਾਂਦੀ ਹਾਂ ਹਾਂ ਕੜਿਆ ਨਾ ਜੀ ਨਹੀਂ ਤੁਹਾਡਾ ਕਿਵੇਂ ਇਲਾਜ ਆ ਬਾਬਾ ਜੀ ਉਹ ਕਿ ਇਲਾਜ ਸੀ ਕੀ ਕਰਿਆ ਨਹੀਂ ਬਾਣੀ ਪਰਮਾਤਮਾ ਦੀ ਕਿਰਪਾ ਦੁਆਰਾ ਬਾਣੀ ਪੜ੍ਹੀ ਜਾਂਦੀ ਹੈ ਜੀ ਉਹਦੇ ਤੇ ਅਰਦਾਸ ਬੇਨਤੀ ਕਰੀ ਜਾਂਦੇ ਆ ਪਰਮਾਤਮਾ ਮੂਰੇ ਹੈ ਜੀ ਜੀ ਉਹ ਇਹ ਗੱਲਾਂ ਜਿਵੇਂ ਕਿ ਹੈ ਵਰਥੀ ਕਦੇ ਨਾ ਜਾਵੇ ਜਨ ਕੀ ਰੱਖੀ ਨੀਵਾ ਹੋ ਕੇ ਜੇ ਕਿਸੇ ਖਤਰ ਵੀ ਅਰਦਾਸ ਕਰਨ ਦਾ ਨਾ ਜੀ ਉਹ ਵਰਥੀ ਨਹੀਂ ਜਾਂਦੀ ਜੀ ਠੀਕ ਬਾਕੀ ਇਹ ਚੀਜ਼ ਹੈ ਜੀ ਸਰੀਰਿਕ ਕਮਾਈਸ਼ ਦੀ ਜਿਹੜੀ ਬਿਮਾਰੀਆਂ ਸਰੀਰਿਕ ਕਮਾਈਸ਼ ਦੀ ਹੈ ਜੀ ਉਹਦੇ ਖਤਰ ਆਹਾ ਅਤੀ ਵਾਲਾ ਹੈ ਇਹ ਬੂਟੇ ਦਾ ਨਾਮ ਹੈ ਅਤੀ ਵਾਲਾ ਉਹਦਾ ਪੱਤੇ ਤੋੜ ਕੇ ਪਾਣੀ ਹੈ ਕੱਢ ਕੇ ਉਹਨੂੰ ਪਾਣੀ ਪੱਤੇ ਤੋੜ ਲਈ ਦੇ ਉਹਨੂੰ ਕੁੱਟ ਲਈ ਦੇ ਕੁੱਟ ਕੇ ਨਾ ਇਹਨੂੰ ਪਿਉਂਦੇ ਆ ਰਾਤ ਨੂੰ ਸਾਰੀ ਰਾਤ ਭਿੱਜੇ ਰਹਿੰਦੇ ਆ ਤੜਕੇ ਨੂੰ ਦਵਾਈ ਤਿਆਰ ਹੋ ਜਾਂਦੀ ਆ ਪੱਤੇ ਜੇ ਮਾਰਦੇ ਆ ਬਾਹਰ ਤੇ ਮੁੜ ਕੇ ਬਸ ਉਹ ਪੁੰਨ ਲੈਨੇ ਉਹਦੇ ਨਾਲ ਸਰੀਰ ਕੇ ਕਰਮਾ ਇਸ ਨੂੰ ਫੈਲਾ ਕਰਦੀ ਆ ਜੋ ਅਤੀਵਾਲਾ ਠੀਕ ਹੈ ਤੇ ਬਾਪੂ ਜਿਹੜਾ ਹੈਗਾ ਮਾਦਰਾਂ ਦੇ ਮੱਜਾਂ ਦੇ ਭਾਰ ਦੀ ਵੀ ਦਵਾਈ ਦਿੰਦੇ ਹਾਂ ਹਾਂ ਜੋ ਇਹ ਹੀ ਹੈ ਅਤੀਵਾਲਾ ਹੀ ਆ ਇਹ ਕਿਹੜੀ ਅਤੀਵਾਲਾ ਦਿਖਾਇਓ ਆਪਾਂ ਨੂੰ ਅਜਾ ਨਾਲ ਵਾਲਾ ਕੱਲੇ ਕੜੇ ਕੜੇ ਦਾ ਕੀ ਫਾਇਦਾ ਹੁੰਦਾ ਮੰਨ ਲਓ 1010 ਦਾ ਜਦੋਂ ਆਪਾਂ ਖਾਣੇ ਕਰਦੇ ਆਂ ਕੜੇ ਨੇ ਤਾਂ ਮੁੜ ਕੇ ਹੋਣੀ ਨਹੀਂ ਦੇਣੀ ਇਹਨੇ ਕਿਰਾਂ ਕਰਵਾਇਆ ਚੱਕਦੇ ਨਹੀਂ ਮੁੜ ਕੇ ਕੜਾ ਨਹੀਂ ਹੋਣਾ ਹੁੰਦਾ ਜੀ ਅੱਛਾ ਵੀ ਅੱਛਾ ਪੁਮਹਿਰੀਆਂ ਵੀ ਸੀ ਆ ਜਿਵੇਂ ਆਪਾਂ ਕਿਹਾ ਸਰਬ ਲੋ ਉਹਦੇ ਭਾਂਡਿਆਂ ਦੇ ਵਿੱਚ ਖਾਣਾ ਚਾਹੀਦਾ ਹੈ ਨਾ ਆ ਆ ਜਿਓ ਪੱਤਿਆਂ ਤੋਂ ਤਿਆਰ ਹੋਈ ਅੱਛਾ ਦਵਾਈ ਤੇ ਆ ਇਹ ਪੁਮਹਿਰੀਆਂ ਜਿਹੜੀਆਂ ਆ ਇਹ ਉਹਦੀ ਨਿਸ਼ਾਨੀ ਹੈ ਜੀ ਇਹ ਉਹਦਾ ਬੀਜ ਹੈ ਤੋੜਨੇ ਪਰ ਪੱਤੇ ਆਪਾਂ ਅੱਛਾ ਆ ਇਹ ਅਤੀ ਵਾਲਾ ਹੈ ਅਤੀ ਵਾਲਾ ਦਾ ਬੀਜ ਹੈ ਜੀ ਠੀਕ ਹੈ ਇਹ ਨਿਸ਼ਾਨੀ ਤੋਂ ਪਤਾ ਲੱਗਦਾ ਵਿਆਹੀ ਬੁਟਾ ਵੀ ਚਾਹੇ ਬੰਦਾ ਆਪ ਹੀ ਅਤੀਬਾਲਾ ਤੋੜ ਕੇ ਹਾਂ ਬਾਲਾ ਮੇਰੇ ਬਥੇਰੇ ਨੂੰ ਕਹਿ ਕੇ ਭੇਜਦਾ ਨਾ ਜੀ ਤੁਸੀਂ ਸਾਨੂੰ ਕੋਈ ਇਨਾਲਾਜ਼ ਨਹੀਂ ਵੀ ਤੁਸੀਂ ਆਪ ਹੀ ਤੋੜ ਕੇ ਆਪ ਹੀ ਬਣਾ ਲਓ ਠੀਕ ਆ ਵੀ ਅਤੀਬਾਲਾ ਤੋੜ ਕੇ ਫੱਟੇ ਤੋੜ ਕੇ ਉਹਦਾ ਪਾਣੀ ਕੱਢ ਕੇ ਹਾਂ ਹਾਂ ਜੀ ਤੇ ਜਿਹੜਾ ਬੰਦਾ ਪੀ ਲੇ ਤਾਂ ਗਰਮਾਇਆ ਚੱਕੀ ਜਾਂਦਾ ਹਾਂ ਗਰਮਾਇਆ ਚੱਕੀ ਜਾਂਦੇ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਇਹ ਹੀ ਮੱਝਾਂ ਵਸਦੇ ਆ ਜੀ ਅੱਜ ਨੂੰ ਕੀ ਕਰਨਾ ਥੋੜਾ ਜਿਹਾ ਵੱਧ ਜਿਵੇਂ ਇੱਕ ਵੱਡੀ ਬੋਤਲ ਹੈ ਹਾਂ ਉਹ ਤਿਆਰ ਕਰ ਲੈਣੀ ਹੈ ਉਹ ਤਿਆਰ ਕਰ ਦੋ ਲੀਟਰ ਵਾਲੀ ਹਾਂ 2 ਲੀਟਰ ਵਾਲੀ ਅੱ ਗਰ ਮੈਂ ਚੱਕਦੀ ਸੀ ਸਾਰੀ ਮੈਂ ਠੀਕ ਹੋ ਜੂ ਮਾਜ ਦੇ ਪਾਰ ਨਹੀਂ ਪੈਂਦਾ ਮੈਂ ਮੁੜ ਕੇ ਪਾਰ ਨਹੀਂ ਪੈਂਦਾ ਵੀ ਅਤੀਬਲ ਆਏ ਐ ਬਾਪੂ ਫਿਰ ਮਿਲਦੀ ਕਿੱਥੇ ਆਏ ਬੂਟੀ ਇਹ ਮਿਲਦੀ ਆਪਣੇ ਪੰਜਾਬ ਚ ਵਾਧੂ ਖੜੀ ਐ ਇੱਥੇ ਅੱਛਾ ਇੱਥੇ ਆਪਣੇ ਨੇੜੇ ਜਿਹੜੇ ਤਾਂ ਬਹੁਤ ਹੀ ਜ਼ਿਆਦਾ ਖੜੀ ਐ ਛੜਕਾ ਛੜਕਣ ਦੇ ਆ ਬਠੰਡੇ ਦੇ ਰੇਗੇ ਚ ਬਹੁਤ ਆਏ ਐ ਵਾਧੂ ਜਿਆਦੇ ਰੇਤਲੇ ਰੇਤਲੀ ਥਾਂ ਤੇ ਹੁੰਦੀ ਐ ਜਿਆਦਾ ਨਾ ਛੜਕਣ ਦੇ ਆਲੇ ਦਲੇ ਵਧੀਆ ਡੱਕਰ ਥਾਂਾਂ ਤੇ ਬਹੁਤ ਜ਼ਿਆਦਾ ਐ ਅੱਛਾ ਮਤਲਬ ਵੀ ਇਹ ਬੂਟੀ ਐ ਤੇ ਬਾਪੂ ਫਿਰ ਜਿਹੜਾ ਇਹ ਕੜਾ ਜਿਹੜਾ ਹੈਗਾ ਤੁਸੀਂ ਜਿਹੜਾ ਪਾਉਣੇ ਹੋ ਇਹ ਕਿਹੜੀ ਤਾਦ ਦਾ ਬਣਿਆ ਹੁੰ ਅਜਾ ਵੀ ਇੱਕ ਮਾਲਾ ਜੇ ਤਾਂਬਾ ਬੰਦੇ ਦੇ ਹੱਥ 'ਚ ਹੋਵੇ ਤਾਂ ਫਿਰ ਬਾਬਾ ਸਿਰ ਦੁਆਰਾ ਨਹੀਂ ਹੁੰਦੀ। ਨਹੀਂ ਹੁੰਦੀ। ਮੁਰਕੇ ਇਹ ਹੋਣੀ ਨਹੀਂ ਦਿੰਦਾ ਜੀ। ਹੋ ਨਹੀਂ ਦਿੰਦਾ। ਹਾਂ ਜੀ। ਜੇ ਬੰਦਾ ਪਹਿਨੇ ਰੱਖੇ ਸਾਰੀ ਉਮਰ ਨਹੀਂ ਹੁੰਦੀ ਜੀ ਮੁਰਕੇ। ਆਪੋ ਵੀਰੇ ਇਹ ਕਿੰਨੇ ਰੁਪਈਆ ਦਾ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ। ਇਹ 100 ਰੁਪਈਆ ਦਾ ਕਿੰਨਾ ਜੀ ਇਹ ਕੜਾ। ਨਹੀਂ 100 ਰੁਪਏ ਦਾ ਇੱਕ ਕੜਾ ਦਿੰਨੇ ਹਾਂ। ਹਾਂ ਜੀ। ਤੇ ਦਵਾਈ ਦਵਾਈ 100 ਰੁਪਈਆ ਦੀ ਜੀ। ਉਹ ਵੀ ਦਾਨ ਤੇ ਲਾਉਨੇ ਆਪਾਂ। 200 ਰੁਪਈਆ ਲੈਨੇ ਆ। ਕੋਈ ਲਾਲਚ ਨਹੀਂ ਕਿਸੇ ਤਰ੍ਹਾਂ ਦਾ। ਮੇਰੇ ਪੁੱਛ ਸਕਦਾ ਜੋ ਵੀ ਮਰਜ਼ੀ ਪੁੱਛੇ ਸਾਰਿਆਂ ਨੂੰ ਪਤਾ ਹੈ। ਤਮ ਜੋਰੀ ਜਿਵੇਂ ਦਿੱਤੇ ਹੋਇਆ ਪੰਜ ਥਾਲ 10 ਕੌਲੀਆਂ ਪੰਜ ਚਮਚੇ ਤੇ ਪੰਜ ਗਲਾਸ ਨਾਲ ਜੱਗ ਬਕਰਾ ਲੈਂਦਾ ਮੇਰੇ ਮਾਂ ਔਰ ਦੰਦਾਂ ਦੇ ਮੈਂ ਗਰਮੀ ਵੇਲੇ ਗਰਮੀ ਵਾਲੇ ਕੱਪੜੇ ਛਾਲ ਵੇਲੇ ਛੜੂ ਸਾਡੇ ਪੰਜ ਛੀ ਗੁੜ ਨਹੀਂ ਹੈ ਬਸ ਜਿਹੜੀਆਂ ਬੁੜੀਆਂ ਸਿਆਣੀਆਂ ਹਾਂ ਉਹਨਾਂ ਨੂੰ ਜੀ ਉਹਨਾਂ ਨੂੰ ਦਨੇ ਹੁਣੇ ਮਾਲਾ ਫਿਰ ਬਾਪੂ ਭਰਾ ਐਡੀ ਮਹਿੰਗਾਈ ਹੈ 200 ਰੁਪਏ ਦਾ ਬਾਂਦਾ ਕੋਹਣੀ ਮੈਂ ਕਹਣਾ ਰੇਡ ਰੂਟਰ ਵਧਾ ਗਏ ਨਾ ਬਸ ਥੋੜਾ ਮੋਟਾ ਨਹੀਂ ਰੇਡ ਨਹੀਂ ਬਣਾਣਾ ਹੈ ਹਾਂ ਨਾ ਨਾ ਉਹਦਾ ਫਿਰ ਲਾਲਚ ਹੋ ਜੂਗਾ ਜੀ ਲਾਲਚ ਤਾਂ ਕਰਨਾ ਨਹੀਂ ਆਪਾਂ ਅੱਛਾ ਲਾਲਚ ਜੇ ਲਾਲਚ ਮੈਂ ਕਰਨ ਵਾਲਾ ਹਾਂ ਦਾ ਪੈਸਾ ਫਿਰ ਮੈਂ ਦਵਾਈ ਨਹੀਂ ਸੀ ਦੱਸਦਾ। ਅੱਛਾ ਫਿਰ ਆਪਾਂ ਕਹਿੰਦੇ ਇਹ ਸਾਡੇ ਕੋਲੇ ਨਾ ਨਹੀਂ ਪਈ। ਆਵੇਂ ਇੱਥੇ ਨੁਕਤਾ ਦੱਸ ਦੇ ਰਹੀ ਸੀ ਆਪਾਂ। ਮਨ ਲਾ ਤੁਸੀਂ ਕਹਣਾ ਵੀ ਅਤੀਬਾਲਾ ਜੇਕਰ ਬੰਦਾ ਚਲ ਦੂਰ ਆ ਤਾਂ ਕਰ ਲੈਣੇ ਬਣਾ ਸਕਦਾ ਜੀ। ਤੇ ਬਾਪੂ ਫਿਰ ਜੇ ਮੰਨ ਲਾ ਫਿਰ ਜੇ ਹੁਣ ਜਿਵੇਂ ਇਹ ਤਾਂ ਬਿਮਾਰੀ ਜਿਵੇਂ ਬਵਾਸੀਰ ਦੀ ਹੋ ਗਈ ਹੈ ਨਾ ਇਹਦਾ ਦੁੜੀਆਂ ਦੇ ਵਿੱਚ ਆ ਮੰਨ ਲਾ ਕੜੇ ਕਿਸੇ ਨੇ ਬਾਹਰ ਮਗਾਉਣਿਆ ਨਾ ਕੈਨੇਡਾ ਕੂਰਡਾ ਜਾਂ ਕਿਤੇ ਪੰਜਾਬ ਕੋਰੀਆ ਦਾ ਬੱਚਾ ਰੱਖਿਆ ਸਾਡੇ ਮੇਰੇ ਸਾਲੇ ਦਾ ਬੇਟਾ ਜੀ। ਅੱਛਾ ਉਹ ਆਇਆ ਹੋਇਆ ਜੀ ਇੱਥੇ ਹੈ ਉਹ ਇਸੇ ਕੰਮ ਚ ਕੋਰੀਆ ਚ ਕੰਮ ਕਰਦਾ ਸੀ। ਉਹਨੂੰ ਇੱਥੇ ਹੀ ਮਢਾ ਲੈ ਅਜਾ ਮਾਲਾ ਕੋਰੀਅਰ ਵੀ ਕਰ ਦਿੰਦੇ ਹਾਂ ਜੇ ਕਿਸੇ ਨੇ ਮੰਗਾਉਣਾ ਤਾਂ ਤੁਹਾਡਾ ਐਡਰੈਸ ਕੀ ਆ ਬਾਪੂ ਫਿਰ ਐਡਰੈਸ ਮੇਰਾ ਹੈ ਜੀ ਵਿਲੇਜ ਜੌਂਦ ਹਾਂ ਜੀਤ ਬਾਬੇ ਦੇ ਨਾਮ ਤੇ ਹਰਜੀਤ ਸਿੰਘ ਜੀਤ ਬਾਬਾ ਜੀ ਠੀਕ ਹੈ ਵਿਲੇਜ ਜੌਂਦ ਅੱਤ ਲਗੇਸ਼ਨ ਵੀ ਲਾਈ ਜਾਂਦੀ ਹੈ ਜੀਤ ਬਾਬਾ ਜੌਂਦ ਤੇ ਲਗੇਸ਼ਨ ਲਾ ਕੇ ਆ ਸਕਦਾ ਜੋ ਮਰਜ਼ੀ ਦੀ ਠੀਕ ਹੈ ਲਗੇਸ਼ਨ ਵੀ ਪਾ ਦੇ ਬਾਪੂ ਫਿਰ ਦਾ ਮਾਲਾ ਮਾਡਰਨ ਹੋ ਗਿਆ ਹੁਣ ਹਾਂ ਜੀ ਹੈ ਤੇ ਮਾਲਾ ਤਸੀਰ ਰਾਮਪੁਰਾ ਜ਼ਿਲ੍ਹਾ ਬਠਿੰਡਾ ਹਾਂ ਜੀ ਤਸੀਰ ਹਾਂ ਜੀ ਤੇ ਜੇ ਮੈਂ ਇਧਰ ਬਰਨਾਲੇ ਵਾਲੇ ਪਾਸੋਂ ਤੇ ਬਰਨਾਲਾ ਬਠਿੰਡਾ ਰੋਡ ਤੇ ਆ ਜਾਂਦੇ ਹਾਂ ਤਾਂ ਬਾਪੂ ਹਾਂ ਬਰਨਾਲਾ ਬਠਿੰਡ ਇਹ ਤਾਂ ਪੇਂਡੀ ਤੋਂ ਆ 6 ਕਿਲੋਮੀਟਰ ਆ 8 ਕਿਲੋਮੀਟਰ ਜੱਥੂ ਕੇ ਨੇ 4 ਕਿਲੋਮੀਟਰ ਜਦੋਂ ਸਾਈਡ ਤੋਂ 3 ਕਿਲੋਮੀਟਰ ਇਹਦੋਂ ਨੂੰ ਸਾਈਡ ਤੇ ਰਹਿ ਜਾਂਦੇ ਬਾਪੂ ਹੋਰ ਵੀ ਕਾਹਦਾ ਇਲਾਜ ਕਰ ਦਊ ਤੇ ਕਲਾ ਬਵਾਸੀਰ ਤੇ ਮੱਜਾਂ ਦੇ ਭਾਰ ਦੇ ਇਲਾਜ ਕਰ ਦਊ ਇਲਾਜ ਤਾਂ ਤਕਰੀਬਨ ਹੋਰ ਆਉਂਦੇ ਤਜਰਬੇ ਬਥੇਰੇ ਜੀ ਪਰ ਮੇਨ ਆਪਣਾ ਇਹੀ ਹੈ ਨਹੀਂ ਨਹੀਂ ਠੀਕ ਆ ਭਾਈ ਜੇਕਰ ਤੁਸੀਂ ਤਕਲੀਫ ਚੋਂ ਤਾਂ ਜੀਤ ਬਾਬੇ ਤੋਂ ਜਿਹੜਾ ਆਪਾਂ ਅਗਲੇ ਕੜਾ ਪਵਾ ਸਕਦੇ ਹੋ ਤੇ ਆਪਾਂ ਕਿਹਾ ਦਵਾਈ ਲੈ ਸਕਦੇ ਹੋ ਇਹਨਾਂ ਦਾ ਕਹਿਣਾ ਕਿ ਆ ਵੀ ਇਹਦੇ ਨਾਲ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਬਵਾਸੀਰ ਤੇ ਜਿਹੜਾ ਮੱਜਾਂ ਦੇ ਪਸੂਆਂ ਦੇ ਭਾਰ ਆ ਜਿਹੜਾ ਉਹ ਠੀਕ ਹੋ ਜਾਂਦਾ ਹੈ ਨਾ ਬਾਪੂ ਤੇ ਬਾਪੂ ਫਿਰ ਬਹੁਤ ਦੂਰ ਦੂਰੋਂ ਆਉਂਦੇ ਲੋਕ ਆਏ ਬਹੁਤ ਦੂਰ ਸਾਰੇ ਜੂਪੀ ਦਾ ਵੀ ਤੋਂ ਇਧਰ ਅਗਧਰ ਗੁਰਦਾਸਪੁਰ ਤੋਂ ਜੀ ਹੁਸ਼ਿਆਰਪੁਰ ਤੋਂ ਸਾਰੇ ਦਿੱਲੀ ਤੋਂ ਵੀ ਬਹੁਤ ਆਏ ਹੋਏ ਆਏ ਠੀਕ ਇਧਰ 사ਜਨਪੁਰ ਆਏ ਆ ਇਧਰ ਆ ਗਏ ਜੀ ਇਹਨਾਂ ਕੋਈ ਸਿਕਰ ਜ਼ਿਲ੍ਹਾ ਹਾਂ ਹਾਂ ਤੂਰੂ ਜ਼ਿਲ੍ਹਾ ਜੈਪੁਰ ਰਾਜਧਾਨੀ ਜਿਹੜੀ ਉੱਥੋਂ ਵੀ ਬੰਦੇ ਆ ਕੇ ਬਹੁਤ ਪਵਾ ਕੇ ਲਗਾਇਆ ਜੀ ਇਧਰ ਆ ਗਿਆ ਜੀ ਆ ਫਟਿਆਬਾਦ ਹਰਿਆਣਾ ਚ ਜੀ ਇਧਰ ਇਧਰ ਹੀ ਸੜ ਚ ਬਹੁਤ ਆਇਆ ਜੀ ਤੇ ਬਾਪੂ ਮਾਲਾ ਇਹ ਬਾਬਾ ਸਰ ਦੀ ਬਿਮਾਰੀ ਹੁੰਦੀ ਕਿਉਂ ਸੱਚ ਇਹ ਤਾਂ ਪੁੱਛ ਲਾਂ ਮੈਂ ਹੁੰਦੀ ਨਾ ਕਾਕਾ ਜੀ ਸਰੀਰ ਕੇ ਗਰਮਾਸ਼ਣਾ ਨਹੀਂ ਆਪਣਾ ਅਨਾਜ ਬੜਾ ਮੜਾ ਹੋ ਗਿਆ ਜੀ ਅਨਾਜ ਦੇ ਕਾਰਨ ਘਰੇ ਕੰਡੇ ਪੀਜੇ ਗਏ ਇਹ ਕੱਲੀ ਸੋ ਇਹ ਬਿਮਾਰੀ ਨਹੀਂ ਜੀ ਸਾਰੀਆਂ ਬਿਮਾਰੀਆਂ ਵਧ ਗਈਆਂ ਜਦੋਂ ਇਹ ਜਿਆਦੇ ਵਰਤੋਂ ਲਾਗੇ ਨਾ ਜ਼ਿੰਮੇਦਾਰ ਕਰਨਾ ਇਹ ਜੀ ਉਹਦੇ ਕਾਰਨ ਸਾਰਾ ਜਿਆਦੇ ਬਿਮਾਰੀ ਵਧ ਗਈ ਨਾ ਖਾਣਾ ਦਾ ਇਹੀ ਪੈਣਾ ਹੁਣ ਕਰਕੇ ਕੀ ਫਿਰ ਖਾਣਾ ਜੀ ਆਪਦੇ ਕੰਟਰੋਲ ਕਰਨੇ ਤੇ ਆਪਦੇ ਝਗੜਾ ਦਾ ਬੀਜਣ ਅੱਧਾ ਕਿਲਾ 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 ਬੀਜਾ ਕਰ ਆਪ ਤਾਂ ਬੱਚੇ ਚਲ ਦੂ ਜਾਂਦਾ ਨਹੀਂ ਵੇਚ ਸਕਦੇ ਨੇ। ਬਾਕੀ ਜੇ ਮਾਲਾ ਹੁਣ ਜਿਵੇਂ ਬਾਜਰਾ ਸੀਗਾ ਜਾਂ ਮੱਕੀ ਮੁੱਕੀ ਬਦਲਾਂ ਨਾਲ ਖਾਣਾ ਚਾਹੀਦਾ ਬੰਦੇ ਨੂੰ। ਖਾਣਾ ਫਾਇਦੇਮੰਦੀ ਹੈ ਜਿਹੋ ਨਾਲ ਜੇ ਰੂ ਘਟ ਆਉਂਦਾ ਠੀਕ ਆ ਮਾਲਾ ਬੰਦੇ ਜਿ ਆਪਾਂ ਕਿ ਪਸ਼ੂਆਂ ਦਾ ਵੀ ਖਾਣਾ ਪਾਦਾ ਜਨਾ ਕਿ ਤੇ ਬਰਸੀਮ ਜਵਾਰ ਕਿ ਤੇ ਮੱਕੀ ਪਾਉਣਿਆ ਆਪਾਂ ਸਾਰੀ ਜਿਹੜਾ ਜਿਹੜਾ ਹੈ ਕਣਕੀ ਚਰੀ ਆਉਨੇ ਹਨ ਇਹ ਵੀ ਔਖਾ ਹੀ ਹੈ ਕੰਮ। ਹਾਂ ਜੀ ਹਾਂ ਜੀ। ਠੀਕ ਆ ਬਾਪੂ ਤੁਸੀਂ ਸਮਝਾ ਦਿੱਤਾ ਬਹੁਤ ਬਹੁਤ ਧੰਨਵਾਦ। ਠੀਕ ਹੈ। ਤੇ ਜੇਕਰ ਤੁਸੀਂ ਕਿਸੇ ਨੇ ਬਾਪੂ ਦਾ ਦਵਾਈ ਲੈਣੀ ਹੈ ਤਾਂ ਭਾਈ ਤੁਹਾਨੂੰ ਜ਼ਾਇਦਾ ਹਰਜੀਤ ਸਿੰਘ ਜੀਤ ਬਾਬਾ ਨੇੜੇ ਵਾਟਰ ਰਾਮਪਰਾ ਫੂਲ ਆ ਬਾਕੀ ਲਿਖਿਆ ਮੈਂ ਲੋਕੇਸ਼ ਨੇ ਹੀ ਪਾ ਦੂੰਗਾ ਹਾਂਜੀ ਹਾਂਜੀ ਸੋ ਜੇਕਰ ਤੁਸੀਂ ਕੋਰੀਅਰ ਮੰਗਾਉਣੇ ਆ ਕਿਉਂਕਿ ਮੰਨ ਲਓ ਬਾਹਰ ਦੇਸ਼ਾਂ ਦੇ ਵਿੱਚ ਆ ਜਾ ਚਾਹੇ ਆਪਾਂ ਇੰਡਗਾ ਦੇ ਕਿਸੇ ਵੀ ਕੋਨੇ 'ਚ ਆ ਦੂਰੋਂ ਆ ਤਾਂ ਤੁਹਾਨੂੰ ਦਵਾਈ ਤੇ ਕੜੇ ਦੋਨੇ ਕੋਰੀਅਰ ਹੋ ਜਾਣਗੇ ਹੈਨਾ ਤੁਹਾਡਾ ਬਹੁਤ ਬਹੁਤ ਧੰਨਵਾਦ